ਜਿਹੜਾ ਪਰਿਵਾਰ ਨੂੰ ਨਹੀਂ ਸਾਂਭ ਸਕਦਾ ਉਹ ਪੰਜਾਬ ਨੂੰ ਕੀ ਸਾਂਭੂ, ਜਿਹੜਾ ਪਰਿਵਾਰ ਨੂੰ ਨਹੀਂ ਸਾਂਭ ਸਕਦਾ ਉਹ ਪੰਜਾਬ ਨੂੰ ਕੀ ਸਾਂਭੂ, ਕਿਉਂਕਿ ਮੇਰੀ ਘਰਵਾਲੀ ਬਿਮਾਰ ਹੈ, ਤੇਰੀ ਘਰਵਾਲੀ ਹੈ ਨਾ, ਨਹੀਂ ਕਰਦਾ ਪਿਆਰ, ਜਿਹੜਾ ਪਰਿਵਾਰ ਨੂੰ ਨਹੀਂ ਸਾਂਭ ਸਕਦਾ ਉਹ ਪੰਜਾਬ ਨੂੰ ਕੀ ਸਾਂਭੂ। ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ, ਮੈਂ ਹਾਂ ਗੁਰਵਿੰਦਰ ਸਿੰਘ। ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਤੇ ਇੱਕ ਨਿੱਜੀ ਟਿੱਪਣੀ ਕੀਤੀ ਹੈ, ਨਿੱਜੀ ਟਿੱਪਣੀ ਕਰਦੇ ਹੋਏ ਭਗਵੰਤ ਮਾਨ ਦੇ ਉੱਤੇ ਨਿਸ਼ਾਨਾ ਸਾਧਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਭਗਵੰਤ ਮਾਨ ਦੇ ਉੱਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਦੀ ਪਤਨੀ ਨੂੰ ਲੈ ਕੇ ਵੱਡਾ ਤੰਜ ਕੱਸਿਆ ਹੈ। ਮੀਡੀਆ ਨਾਲ ਗੱਲਬਾਤ ਕਰ ਰਹੇ ਸੀਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ, ਜਿੱਥੇ ਮੀਡੀਆ ਨੇ ਉਹਨਾਂ ਨੂੰ ਸਵਾਲ ਕੀਤਾ ਸੀਗਾ ਅਤੇ ਉਸ ਸਵਾਲ ਦੇ ਜਵਾਬ ਦੇ ਵਿੱਚ ਉਹ ਆਪਣੀ ਪਤਨੀ ਦੇ ਕੈਂਸਰ ਦੀ ਗੱਲ ਕਰ ਰਹੇ ਸੀਗੇ ਕਿ ਉਹਨਾਂ ਦੇ ਪਤਨੀ ਕੈਂਸਰ ਦੇ ਨਾਲ ਜੂਝ ਰਹੇ ਨੇ ਅਤੇ ਉਹ ਆਪਣੀ ਪਤਨੀ ਦਾ ਵੀ ਖਿਆਲ ਰੱਖ ਰਹੇ ਨੇ। ਇੱਥੇ ਉਹਨਾਂ ਤੰਜ ਭਰੇ ਲਹਿਜ਼ੇ ਦੇ ਵਿੱਚ ਬਿਨਾਂ ਸੀਐਮ ਮਾਨ ਦਾ ਨਾਮ ਲੈ ਕਿਹਾ ਕਿ ਜੋ ਪਤਨੀ ਦੀ ਰਖਵਾਲੀ ਨਹੀਂ ਕਰ ਸਕਦਾ, ਰਾਖੀ ਨਹੀਂ ਕਰ ਸਕਦਾ, ਜਾਂ ਜੋ ਕਹਿ ਸਕਦਾ ਕਿ ਜੋ ਪਤਨੀ ਦੀ ਦੇਖਭਾਲ ਨਹੀਂ ਕਰ ਸਕਦਾ ਉਹ ਵਿਅਕਤੀ ਕਿਸ ਕੰਮ ਦਾ, ਉਹ ਪੰਜਾਬ ਦੀ ਕੀ ਦੇਖਭਾਲ ਕਰੇਗਾ। ਨਾਲ ਹੀ ਉਹ ਜਾਂਦੇ ਜਾਂਦੇ ਇਹ ਵੀ ਕਹਿ ਗਏ ਕਿ ਇਹ ਸੁਨੇਹਾ ਕਈਆਂ ਦੇ ਲਈ ਹੈ, ਕਿਸੇ ਹੋਰ ਲਈ ਵੀ ਹੈਗਾ ਹੈ। ਕੀ ਕੁਛ ਕਿਹਾ ਸਿੱਧੂ ਨੇ, ਕਿਸ ਲਹਿਜ਼ੇ ਦੇ ਵਿੱਚ, ਦੇਖੋ। ਕੈਂਸਰ ਨਾਲ ਲੜ ਰਹੀ ਹੈ, ਹਾਂਜੀ, ਡਾਕਟਰ ਨੇ ਕਿਹਾ ਕਿ ਇਸ ਤਰ੍ਹਾਂ ਰੇਡੀਏਸ਼ਨ ਵੀ ਹੋਊਗੀ, ਆ ਵੀ ਹੋਊਗੀ, ਜਿੱਦਣ ਉਹ ਆਊਟ ਆਫ ਡੇਂਜਰ ਹੋ ਗਈ। ਮੈਂ ਇਸ ਕਰਮ ਭੂਮੀ, ਇਸ ਗੁਰੂ ਨੂੰ ਉਦੋਂ ਨਹੀਂ ਛੱਡਿਆ ਜਦੋਂ ਮੈਨੂੰ ਮੰਤਰੀ ਬਣਾਉਂਦੇ ਸੀ, ਜਦੋਂ ਮੈਨੂੰ ਐਮ ਪੀ ਲੜਾਉਂਦੇ ਸੀ, ਮੈਂ ਐਮ ਪੀ ਸ਼੍ਰੀ ਗਿਰੀ ਛੱਡ ਦਿੱਤੀ ਮੋਦੀ ਦੀ ਵੇਵ 'ਚ, ਸਰਦਾਰ ਮੋਦੀ ਦੀ ਵੇਵ 'ਚ ਛੱਡਤੀ ਕਿ ਨਹੀਂ ਛੱਡਤੀ, ਅਤੇ ਮੈਂ ਸਾਰਾ ਕੁਝ ਤਿਆਗਿਆ। ਲੇਕਿਨ ਗੁਰੂ ਦਾ ਇਹ ਕੁੱਕਰ ਆਪਣੇ ਗੁਰੂ ਨੂੰ ਕਦੇ ਤਿਆਗ ਨਹੀਂ ਸਕਦਾ, ਇਸ ਧਰਤੀ ਨੂੰ ਕਦੇ ਤਿਆਗ ਨਹੀਂ ਸਕਦਾ, ਜਨਮ ਕਿਤੇ ਹੋਇਆ ਹੋਵੇ, ਕਰਮ ਇੱਥੇ ਨੇ ਪੁੱਤਰਾ, ਕਿਉਂਕਿ ਮੇਰੀ ਘਰਵਾਲੀ ਬਿਮਾਰ ਹੈ, ਤੇਰੀ ਘਰਵਾਲੀ ਹੈ ਨਾ, ਨਹੀਂ ਕਰਦਾ ਪਿਆਰ, ਜਿਹੜਾ ਪਰਿਵਾਰ ਨੂੰ ਨਹੀਂ ਸਾਂਭ ਸਕਦਾ ਉਹ ਪੰਜਾਬ ਨੂੰ ਕੀ ਸਾਂਭੂ। ਇਹ ਬੜਿਆਂ ਨੂੰ ਸੁਨੇਹਾ ਹੈ, ਹਾਂ।